ਊਸ਼ਾ ਮੈਮ, ਕਿਉਂਕਿ ਮੰਦਭਾਗੀ ਖਬਰ ਹੈ ਇੱਕ 10 ਸਾਲ ਦਾ 11 ਸਾਲ ਦਾ ਬੱਚਾ ਉਹਦੀ ਡੈਥ ਹੋ ਚੁੱਕੀ ਹੈ, ਪੁਲਿਸ ਨੂੰ ਇਨਫੋਰਮੇਸ਼ਨ ਸੀ ਉਸ ਤੋਂ ਪੂਰਾ ਇਹ ਕ੍ਰਾਈਮ ਸੀਨ ਹੋਇਆ ਕਿੱਦਾਂ, ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ, ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਟੋਏ ਟ੍ਰੇਨ ਕਾਫੀ ਜ਼ਿਆਦਾ ਤੇਜ਼ ਸੀਗੀ ਜਦ ਘੁੰਮੀ ਤਾਂ ਅਚਾਨਕ ਉਹ ਪਿਛਲਾ ਡੱਬਾ ਜਿਹੜਾ ਡਿਸਬੈਲੈਂਸ ਹੋ ਗਿਆ, ਪਿਛਲਾ ਡੱਬਾ ਡਿਸਬੈਲੈਂਸ ਹੋ ਕੇ ਪਲਟ ਗਿਆ, ਉਸਮੇ ਸੇ ਬੱਚਾ ਨੀਚੇ ਗਿਰ ਗਿਆ, ਉਸਕੇ ਉੱਪਰ ਡਿੱਬਾ ਗਿਰ ਗਿਆ, ਬੱਚਾ ਉਸਕੇ ਨੀਚੇ ਦਬ ਗਿਆ, ਦੈਨ ਇੰਜਰ ਹੋ ਗਿਆ, ਉਸਕੇ ਬਾਅਦ ਉਸਕੋ ਹਾਸਪਿਟਲ ਲੈ ਗਿਆ। ਤਾਂ ਮੈਮ ਇਹ ਕਿਉਂਕਿ ਬਹੁਤ ਸਾਰੀ ਚੀਜ਼ਾਂ ਮਾਲ ਚ ਇਸ ਤਰ੍ਹਾਂ ਦੀ ਚੀਜ਼ਾਂ ਮਿਲਦੀਆਂ, ਸਾਰਾ ਬੱਚੇ ਆਉਂਦੇ, ਫੈਮਿਲੀ ਆਉਂਦੀ ਹੈ, ਲੇਕਿਨ ਹੁਣ ਅੱਗੇ ਤੋਂ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ, ਉਸ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਕਰ ਰਹੀ ਹੈ? ਪੁਲਿਸ ਆਪਣਾ ਜੋ ਵੀ ਹੈ ਯਹਾਂ ਪੇ ਅਲਾਂਟੇ ਮਾਲ ਕੇ ਜੋ ਮੈਨੇਜਮੈਂਟ ਹੈ ਉਸਕੇ ਸਾਥ ਆਪਣਾ ਮੀਟਿੰਗ ਕਰੇਗੀ, ਔਰ ਜੋ ਵੀ ਅੱਗੇ ਸੇ ਐਸਾ ਹਾਦਸਾ ਨਾ ਹੋ ਇਸਕੇ ਲਈ ਇਨਸਟਰਕਸ਼ਨ ਜਾਰੀ ਕਰੇਗੀ। ਕੁਲਦੀਪ ਜੀ, ਕਿਉਂਕਿ ਤੁਸੀਂ ਅਲਾਂਟੇ ਦੇ ਇੰਚਾਰਜ ਹੋ, ਤੁਸੀਂ ਲਗਾਤਾਰ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਰਦੇ ਹੋ, ਔਰ ਬੜਾ ਮੰਦਭਾਗੀ ਹੈ ਇਹ ਘਟਨਾ, ਨਾਲ ਦੇ ਨਾਲ ਹੀ ਉਸ ਨੂੰ ਹਸਪੀਟਲ ਲੈ ਕੇ ਸੀ, ਬਲੀਡਿੰਗ ਕਾਫੀ ਜ਼ਿਆਦਾ ਹੋ ਰਹੀ ਸੀ। ਹਾਂ, ਬਲੀਡਿੰਗ ਕਾਫੀ ਹੋ ਗਈ ਸੀ ਤੇ ਨਾਲ ਦੀ ਨਾਲ ਇਹਨੂੰ ਹਸਪੀਟਲ ਪਹੁੰਚਾ ਦਿੱਤਾ ਸੀ, ਠੀਕ ਹੈ, ਜਿੱਥੇ ਦੌਰਾਨੇ ਇਲਾਜ ਉਹਨਾਂ ਦੀ ਮੌਤ ਹੋ ਗਈ ਬੱਚੇ ਦੀ, ਠੀਕ ਹੈ। ਤੇ ਸਰ ਹੋਰ ਵੀ ਬੱਚੇ ਉਹਦੇ ਚ ਟੋਏ ਟ੍ਰੇਨ ਚ ਸੀਗੇ, ਰਾਈਡ ਕਰ ਰਹੇ ਸੀ? ਹਾਂ, ਪਿੱਛੇ 5-6 ਬੱਚੇ ਪੂਰੀ ਟ੍ਰੇਨ ਦੇ ਵਿੱਚ, ਪਿੱਛੇ ਡੱਬੇ ਚ 2 ਬੱਚੇ ਬੈਠੇ ਸੀ, ਠੀਕ ਹੈ, ਲੇਕਿਨ 1 ਦੇ ਸੱਟ ਲੱਗੀ ਹੈ ਜਿਹਦੀ ਮੌਤ ਹੋਈ। ਉਹ ਦੂਜਾ ਜਿਹੜਾ ਬੱਚਾ ਇਹਦੇ ਨਾਲ ਬੈਠੇ ਸੀ ਉਹਨੂੰ ਵੀ ਸੱਟ ਵੱਜੀ ਹੈ, ਸਿਰਫ ਬੱਚੇ ਸਹਿਬਾਜ਼ ਨੂੰ? ਨਹੀਂ, ਉਹਨੂੰ ਕੁਝ ਨਹੀਂ ਲੱਗੀ, ਉਹਨੂੰ ਕੁਝ ਨਹੀਂ ਹੋਇਆ। ਤੇ ਕਿੰਨੇ ਵਜੇ ਦਾ ਸਮਾਂ ਸੀਗਾ ਜਦ ਇਹ ਸਾਰੀ ਸਰ ਘਟਨਾ ਹੋਈ? ਰਾਤ ਦਾ 9:30-10 ਦਾ ਟਾਈਮ ਸੀ, ਰਾਤ 9:30-10। ਸਰ ਇਹਨਾਂ ਦਾ ਕੋਈ ਟਾਈਮਿੰਗ ਹੁੰਦਾ ਹੈ ਕਿ ਤੁਸੀਂ ਇੰਨੇ ਵਜੇ ਤੱਕ ਇੰਨੇ ਵਜੇ ਤੱਕ ਚਲਾ ਦਿੰਦੇ ਹੋ? ਨਹੀਂ ਨਹੀਂ, ਰਾਤ ਨੂੰ 10-11 ਵਜੇ ਤੱਕ ਦਾ ਟਾਈਮ ਰਹਿੰਦਾ, ਠੀਕ ਹੈ। ਤੇ ਹੁਣ ਇਹਦੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਹੋਰ ਕੁਛ? ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਹੋਰ ਸਾਹਮਣੇ ਆਏਗਾ ਫਿਰ ਉਹਦੇ ਹਿਸਾਬ ਨਾਲ ਕੀਤਾ ਜਾਵੇਗਾ। ਸਰ ਇਹ ਜਿਹੜਾ ਡਰਾਈਵਰ ਹੈ ਸੌਰਭ ਸਿੰਘ, ਸਵਾਲ ਇਹਦੇ ਵਿੱਚ ਕਈ ਨੇ, ਜਿਹੜਾ ਡਰਾਈਵਰ ਹੈ ਉਹ ਉਸ ਟਾਈਮ ਟ੍ਰੇਨਡ ਹੈ, ਉਹ ਡਰਾਈਵਰ ਜਿਹੜਾ ਤੁਸੀਂ ਵੀ ਗੱਲਬਾਤ ਕੀਤੀ, ਇਨਵੈਸਟੀਗੇਸ਼ਨ ਕੀਤੀ ਹੈ, ਕਿਉਂਕਿ ਆਬਵੀਅਸਲੀ ਜਦ ਟ੍ਰੇਨਡ ਡਰਾਈਵਰ ਹੁੰਦਾ ਹੈ ਤਾਂ ਉਹਨੂੰ ਪਤਾ ਹੁੰਦਾ ਹੈ ਕਿ ਕਿੰਨੀ ਤੇਜ਼ੀ 'ਚ ਅਸੀਂ ਚਲਾਉਣੀ ਹੈ, ਕਿਸ ਤਰ੍ਹਾਂ ਬੈਲੈਂਸ ਰੱਖਣਾ ਅਸੀਂ, ਕਿਉਂਕਿ ਇਹ ਤਾਂ ਅਨਬੈਲੈਂਸ ਹੋਇਆ ਇਸ ਕਰਕੇ ਹਾਦਸਾ ਹੋਇਆ। ਤਾਂ ਉਹ ਟ੍ਰੇਨ ਡਰਾਈਵਰ ਜਿਹੜਾ ਸੀਗਾ, ਟੋਏ ਟ੍ਰੇਨ ਡਰਾਈਵਰ ਸੌਰਭ ਸਿੰਘ ਜਿਹਨੂੰ ਤੁਸੀਂ ਕਾਬੂ ਕੀਤਾ, ਉਹ ਪਹਿਲਾਂ ਦਾ ਇੱਥੇ ਹੀ ਹੈ ਜਾਂ ਹੁਣ ਨਵਾਂ ਕੁਛ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੋਵੇ? ਉਹ ਪਹਿਲਾਂ ਦਾ ਹੈ, ਲੇਕਿਨ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਟ੍ਰੇਨਡ ਹੈ ਜਾਂ ਕਿੱਦਾਂ, ਕਿਆ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਚਲਾਉਣ ਦਾ, ਉਹਦੇ ਬਾਰੇ ਦੇਖ ਕੇ। ਮੈਨੇਜਮੈਂਟ ਨਾਲ ਤੁਹਾਡੀ ਗੱਲ ਹੋਈ ਹੈ ਸਰ? ਮੈਨੇਜਮੈਂਟ ਨਾਲ ਗੱਲ ਕੀਤੀ ਹੈ ਉਹਨਾਂ ਨਾਲ, ਅਜੇ ਜਿਹੜੇ ਬੰਦੇ ਮੇਨ ਹੈ ਉਹ ਆਏ ਨਹੀਂ ਹੈ, ਮੇਨ ਆ ਕੇ ਗੱਲ ਕਰਨਗੇ, ਉਸ ਤੋਂ ਬਾਅਦ ਸਾਰੀ ਕਾਰਵਾਈ ਕੀਤੀ। ਸਰ ਇਹ ਇਲੈਂਟੇ ਮਾਲ ਦਾ ਹੈਗਾ ਟੋਏ ਟ੍ਰੇਨ ਦਾ ਜਾਂ ਅੱਗੇ ਤੋਂ ਅੱਗੇ ਕੰਟਰੈਕਟ ਦਿੱਤਾ? ਇਹ ਕੰਪਨੀ ਹੈ, ਅੱਗੇ ਕੰਪਨੀ ਨੂੰ ਦਿਆ ਹੁੰਦਾ ਟੈਂਡਰ ਇਹਨਾਂ ਦਾ, ਇਹ ਪਿਕਸੀ ਕੰਪਨੀ ਹੈ, ਪਿਕਸੀਲੈਂਡ ਦਾ, ਉਹਨਾਂ ਨੂੰ ਦਿੱਤਾ ਹੋਇਆ ਸੀ। ਤੇ ਸਰ ਰਿਸਪੋਂਸਿਬਿਲਟੀ ਕਿਹਦੀ ਫਿਕਸ ਹੁੰਦੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ? ਇਹ ਦੇਖ ਰਹੇ ਹਾਂ, ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੁਣ, ਕਿਹਦੀ ਰਿਸਪੋਂਸਿਬਿਲਟੀ ਹੈ, ਮੇਨ ਤਾਂ ਜਿਹੜੀ ਕੰਪਨੀ ਆ ਉਹਦੀ ਹੁੰਦੀ ਹੈ ਇਹ। ਬਿਲਕੁਲ, ਹਾਂ, ਉਹ ਦੇਖ ਰਹੇ ਹਾਂ ਹੁਣ, ਦੇਖ ਕੇ ਫਿਰ ਤਾਂ ਅਗੇਨ ਇਨ ਫਿਊਚਰ ਨਾ ਹੋ ਇਸ ਤਰ੍ਹਾਂ ਦੀ ਲਗਾਤਾਰ ਤੁਸੀਂ ਇਹ ਮੈਨੇਜਮੈਂਟ ਨਾਲ ਗੱਲ ਕਰ ਰਹੇ ਹਾਂ, ਮੀਟਿੰਗ ਕਰ ਰਹੇ ਹਾਂ, ਮੀਟਿੰਗ ਕਰਕੇ ਅੱਗੇ ਤੋਂ ਇਹੋ ਜਿਹਾ ਕੋਈ ਹਾਦਸਾ ਨਾ ਹੋ, ਇਹਦੇ ਬਾਰੇ ਸਾਰਿਆਂ ਨੂੰ ਇਹਦੇ ਬਾਰੇ ਨੋਟੀਫਿਕੇਸ਼ਨ ਕਰ। ਟੋਏ ਟ੍ਰੇਨ ਕਬਜ਼ੇ 'ਚ ਲੈ ਲਈ ਹੈ ਸਰ? ਕਬਜ਼ੇ ਲੈ ਲਈ ਹੈ। ਤੇ ਹੋਰ ਵੀ ਉੱਥੇ ਟੋਏ ਜਿਹੜੀ ਬੱਸ ਹੈ ਉੱਥੇ ਖੜੀ ਹੈ ਹੁਣ ਫਿਲਹਾਲ, ਅਜੇ ਰੋਕ ਲਾ ਦਿੱਤੀ ਗਈ ਹੈ? ਹਾਂ, ਰੋਕ ਲਾਈ ਹੈ, ਰੋਕ ਲਾਈ, ਹਾਂਜੀ, ਠੀਕ ਹੈ। ਤੇ ਬਿਲਕੁਲ ਰਣਬੀਰ, ਜਿੱਦਾਂ ਤੁਸੀਂ ਸੁਣਿਆ ਕਿ ਇਨਵੈਸਟੀਗੇਸ਼ਨ ਆਫਿਸਰ ਔਰ ਸੀਨੀਅਰ ਅਫਸਰ ਵੀ ਇੱਥੇ ਮੌਜੂਦ ਹੈ, ਉਹਨਾਂ ਦਾ ਕਹਿਣਾ ਹਾਲਾਂਕਿ ਮੰਦਭਾਗੀ ਘਟਨਾ ਹੈ, ਲੇਕਿਨ ਅੱਗੇ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ, ਇਸ ਤਰ੍ਹਾਂ ਦੇ ਹਾਦਸੇ ਨਾ ਹੋਣ, ਉਸ ਨੂੰ ਲੈ ਕੇ ਇੱਕ ਮੀਟਿੰਗ ਵੀ ਸੱਦੀ ਗਈ ਹੈ ਮੈਨੇਜਮੈਂਟ ਦੇ ਜਿਹੜੇ ਲੋਕ ਨੇ ਔਰ ਜਿਹੜੀ ਕੰਪਨੀ ਨੇ ਕੰਟਰੈਕਟ ਲਿੱਤਾ ਹੋਇਆ ਸੀਗਾ, ਹਾਲਾਂਕਿ ਇਹ ਲੈਂਟੇ ਮੌਲ ਦਾ ਨਹੀਂ, ਅੱਗੇ ਤੋਂ ਕਿਸੇ ਕੰਪਨੀ ਦਾ ਜਿਹੜਾ ਨਾਂ ਦੱਸਿਆ ਉਹਨਾਂ ਨੇ ਕੰਟਰੈਕਟ ਲਿੱਤਾ ਹੋਇਆ ਸੀਗਾ, ਉਹਨਾਂ ਦੇ ਵੀ ਅਧਿਕਾਰੀਆਂ ਨੂੰ ਬੁਲਾਇਆ, ਹਾਲਾਂਕਿ ਸੌਰਭ ਸਿੰਘ ਜੋ ਡਰਾਈਵਰ ਹੈ ਉਸ ਨੂੰ ਕਾਬੂ ਕਰ ਲਿਆ ਗਿਆ, ਹੁਣ ਉਹ ਟ੍ਰੇਨਡ ਹੈ, ਕਿਸ ਤਰ੍ਹਾਂ ਦਾ ਉਹਨੇ ਤੇਜ਼ ਭਜਾਈ ਜਾਂ ਲਾਪਰਵਾਹੀ ਜਿਹੜੀ ਆ ਅਣਗਹਿਲੀ ਹੋਈ ਹੈ,